ਬੀਤੀ ਰਾਤ ਜਲੰਧਰ ਜੰਮੂ ਰੋਡ ਤੇ ਪੈਂਦੇ ਆਦਮਪੁਰ ਟੀ ਪੁਆਇੰਟ ਤੇ ਭੋਗਪੁਰ ਵਿਖੇ ਹੋਏ ਸੜਕੀ ਹਾਦਸੇ ਵਿੱਚ ਇੱਕ ਏਐਸਆਈ ਦੀ ਮੌਤ ਹੋ ਗਈ, ਜਿਸ ਦੀ ਪਹਿਚਾਣ ਸੰਜੀਵ ਕੁਮਾਰ ਪੁੱਤਰ ਰਾਮਸਰੂਪ ਵਾਸੀ ਧੁੱਤ ਖੁਰਦ ਥਾਣਾ ਟਾਂਡਾ ਵਜੋਂ ਹੋਈ ਹੈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਏਐਸਆਈ ਸੰਜੀਵ ਕੁਮਾਰ ਜਲੰਧਰ ਤੋਂ ਡਿਊਟੀ ਨਿਭਾ ਕੇ ਇੱਕ ਹੋਰ ਪੁਲਿਸ ਮੁਲਾਜ਼ਮ ਨਾਲ ਮੋਟਰਸਾਈਕਲ 'ਤੇ ਵਾਪਸ ਆਪਣੇ ਪਿੰਡ ਨੂੰ ਜਾ ਰਿਹਾ ਸੀ ਕਿ ਰਸਤੇ ਵਿੱਚ ਭੋਗਪੁਰ ਵਿਖੇ ਆਦਮਪੁਰ ਟੀ ਪੁਆਇੰਟ 'ਤੇ ਸ਼ਟਰਿੰਗ ਦਾ ਸਮਾਨ ਲੈ ਕੇ ਜਾ ਰਹੇ ਟਰੈਕਟਰ ਟਰਾਲੀ ਨੂੰ ਪਿੱਛੋਂ ਆ ਰਹੇ ਟਰਾਲੇ ਨੇ ਟੱਕਰ ਮਾਰ ਦਿੱਤੀ ਅਤੇ ਦੋਵਾਂ ਵਾਹਨਾਂ ਦੀ ਲਪੇਟ 'ਚ ਮੋਟਰਸਾਈਕਲ ਸਵਾਰ ਏਐਸਆਈ ਸੰਜੀਵ ਕੁਮਾਰ ਅਤੇ ਉਸਦਾ ਸਾਥੀ ਵੀ ਆ ਗਏ। ਹਾਦਸੇ ਵਿੱਚ ਏਐਸਆਈ ਸੰਜੀਵ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸਦਾ ਸਾਥੀ ਮੁਲਾਜ਼ਮ ਅਤੇ ਟਰੈਕਟਰ ਟਰਾਲੀ ਚਾਲਕ ਵੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਦੋਨੇ ਭਰਾ ਬੈਠੇ ਬਾਬਾ ਜੀ ਚਲਾਉਣ ਦੇ। ਅੱਛਾ ਜੀ। ਅਤੇ ਇਹ ਜਾਣ ਡੇ ਜੀ ਸਮਾਨ ਭਰ ਕੇ ਟਰਾਲੀ ਸ਼ਟਰਿੰਗ ਦਾ, ਅਤੇ ਉੱਧਰੋਂ ਪਿੱਛੋਂ ਬੜੀ ਸਪੀਡ 'ਤੇ ਆਉਣ ਡਿਆ ਜੀ ਘੋੜਾ, ਇਹ ਟਰਾਲਾ ਹੈ ਨਾ? ਹਾਂਜੀ। ਇਹਨੇ ਵਿੱਚ ਦੇ ਆ ਕੇ ਮਾਰਿਆ, ਮੈਂ ਮਗਰਾੜੋਂ ਥੱਲੇ ਡਿੱਗ ਗਿਆ। ਠੀਕ ਹੈ। ਇੰਨਾ ਸ਼ੁਕਰ ਕਰੋ ਮੈਂ ਤਾਂ ਟਰਾਲੀ ਨਹੀਂ ਚੜ੍ਹ ਗਈ। ਨਾਲ ਗਾੜੀ ਦੋ ਮੁਲਾਜ਼ਮ ਖੜਾ ਸੀ, ਇੱਕ ਮੁੰਡਾ ਹੋਰ ਖੜਾ ਜੀ, ਆਪ ਦੌੜ ਗਿਆ ਜੀ। ਉਹ ਵੀ ਵਿਚਾਰੇ ਮੁਲਾਜ਼ਮ ਸਾਹਿਬ ਵੀ ਮਾਰੇ ਗਏ। ਹਾਂਜੀ। ਅਤੇ ਮੇਰੇ ਉੱਤੇ ਬੱਲੀਆਂ ਡਿੱਗ ਗਈਆਂ। ਤੁਹਾਡੇ ਭਾਅ ਜੀ ਕਿੱਦਾਂ? ਮੇਰੇ ਤਾਂ ਭਾਅ ਜੀ ਪਤਾ ਨਹੀਂ ਲੱਗਾ, ਜਦੋਂ ਮੈਂ ਡਿੱਗਿਆ ਖਰੇ ਘਿਸੜਿਆ, ਮੈਂ ਮੇਰੇ ਉੱਤੇ ਬੱਲੀਆਂ ਆ ਕੇ ਡਿੱਗ ਗਈਆਂ ਜੀ, ਇੱਧਰੋਂ ਮੇਰਾ ਸਿਰ ਪਾੜ ਗਿਆ ਸਾਰੇ। ਡਿਊਟੀ ਤੋਂ ਆ ਰਹੇ ਸੀਗੇ ਅਤੇ ਭੋਪਰ ਮੈਂ ਉਤਰਨਾ ਸੀਗਾ, ਮੇਰਾ ਭੋਪਰ ਪੈਂਦਾ। ਠੀਕ ਹੈ। ਇਹ ਮੁੰਡਾ ਗਾਂ ਹੈਗਾ ਆਪਣੇ ਟਾਂਡੇ ਤੋਂ, ਮੁੰਡਾ ਸੀ ਇਹਨੇ ਆਪਣੇ ਪਿੰਡ ਨੂੰ, ਪਿੰਡ ਦਾ ਹੈਗਾ ਆ ਆਪਣੇ ਸਰਾਂ ਦੇ ਲਾਗੇ ਤੂਤਾਂ ਪਿੰਡ। ਠੀਕ ਹੈ। ਅਤੇ ਮੈਂ ਅੱਗੇ ਵੀ ਇਹਦੇ ਨਾਲ ਆਉਣਾ, ਅਤੇ ਅੱਜ ਵੀ ਜਿਹੜਾ ਡੇਲੀ ਦੌਰਾਨ ਇਹਦੇ ਨਾਲ ਆ ਰਿਹਾ ਸੀਗਾ, ਅਤੇ ਮੈਂ ਉਤਰਿਆ ਅੰਮ੍ਰਿਤਸਰ ਤੋਂ, ਇੱਕ ਤੱਕ ਲਾਤੀ ਲਾਈ ਆ ਥੱਲੇ, ਅਤੇ ਪਿੱਛੋਂ ਇੱਕ ਟਰਾਲੀ ਆਉਂਦੀ ਸੀ, ਉਹਦੇ ਪਿੱਛੇ ਇੱਕ ਟਰੱਕ ਸੀਗਾ, ਬਹੁਤ ਤੇਜ਼ ਸ਼ਰਾਬ ਪੀਤੀ ਸੀ ਆਪਣੇ ਡਰਾਈਵਰ ਨੇ, ਟਰੱਕ ਵਾਲੇ ਨੇ, ਉਹਨੇ ਮਾਰਿਆ ਪਿੱਛੇ ਟਰਾਲੀ ਦੇ, ਜਿੱਦਾਂ ਟਰਾਲੀ ਦੇ ਪਿੱਛੇ ਮਾਰਿਆ ਟਰਾਲੀ ਹੁਣ ਧੁੱਪ ਗਈ ਸਾਡੇ ਉੱਤੇ ਲੈਣ ਦੀ, ਮੈਂ ਤਾਂ ਦੌੜ ਕੇ ਬਚਿਆ, ਬਾਕੀ ਹੋਰ ਬੰਦੇ ਬਹੁਤ ਥੱਲੇ ਇਹਦੇ ਉੱਤੇ ਹੀ ਚੜ੍ਹ ਗਏ, ਆ ਕੇ ਟਰੱਕ ਟਰਾਲੀ ਦੋਨੇ ਉੱਤੇ ਚੜ੍ਹ ਗਏ, ਬਹੁਤ ਸਾਰੇ ਉੱਤੇ ਡੱਡੂ ਗਿਆ। ਇਹ ਕਦੀ ਜੋ ਪੁਲਿਸ ਵਿੱਚ ਕੀ ਅਹੁਦਾ ਸੀ ਇਹਨਾਂ ਦਾ? ਜਿੱਦਾਂ ਏ ਐਸ ਆਈ ਸਟੈਂਡਰਡ ਇਹਦੀ ਜਲੰਧਰ 27 ਬਟਾਲੀਅਨ ਸੀ, 27 ਬਟਾਲੀਅਨ DGP ਦੀ ਰਿਜ਼ਰਵ ਦੇ ਵਿੱਚ ਸੀਗਾ।